ਇੱਦਾਂ ਦੀ ਦੁਨੀਆ ਨੂੰ ਦੇਖ ਕੇ ਅਫਸੋਸ ਹੁੰਦਾ ਕਿ ਲੋਕ ਕਿੱਦਾਂ ਦੇ ਨੇ ਅਤੇ ਕਿੱਦਾਂ ਦੇ ਹਾਲਾਤ ਜਿਹੜੇ ਨੇ ਸਾਨੂੰ ਦੇਖਣ ਨੂੰ ਮਿਲਦੇ ਨੇ। ਕਹਿੰਦੇ ਕਿ ਇੱਕ ਆਦਮੀ ਜਿਹੜੇ ਇਹਨਾਂ ਦੀ ਪਹਿਲਾਂ ਮੈਰਿਜ ਹੁੰਦੀ ਹੈ ਉਹ ਤਾਂ ਮਰ ਜਾਂਦਾ, ਜਦੋਂ ਦੁਬਾਰਾ ਮੈਰਿਜ ਹੁੰਦੀ ਹੈ ਉਹ ਇਹਨਾਂ ਨੂੰ ਵੇਚ ਕੇ ਕਿਤੇ ਹੋਰ ਜਿਹੜਾ ਚੱਲ ਜਾਂਦਾ ਆ। ਇਹਨੂੰ ਕੋਈ ਤਕਰੀਬਨ ਇਸ ਉਮਰ ਦਾ ਹੀ 60 ਸਾਲ ਦਾ 50-60 ਸਾਲ ਦਾ ਇਹਦੇ ਨਾਲ ਕੋਈ ਆਦਮੀ ਸੀਗਾ, ਉਹ ਇਸ ਨੂੰ ਸ਼ਾਮ ਨੂੰ ਛੱਡ ਗਿਆ ਸੀ। ਉਹਨੇ ਇਹ ਕਿਹਾ ਸੀ ਕਿ ਮੈਨੂੰ ਇਹ ਬੱਸ ਸਟੈਂਡ 'ਤੇ ਮਿਲੀ ਆ, ਇਹ ਲਵਾਰਸਾ ਅਤੇ ਬੇਘਰ ਆ। ਫਿਰ ਅਸੀਂ ਹੌਲੀ ਹੌਲੀ ਇਸਨੂੰ ਟਰੇਸ ਕੀਤਾ, ਇਹ ਨਿਕਲੀ ਆ ਕੋਠਾ ਗੁਰੂ ਕਾ, ਜਿਹੜਾ ਹੈਗਾ ਬਠਿੰਡੇ ਡਿਸਟ੍ਰਿਕਟ ਵਿੱਚ ਆ, ਉਹ ਚੁੰਮੜੀ ਦੇ ਕੋਲ ਆ। ਅਤੇ ਉਸ ਤੋਂ ਬਾਅਦ ਫਿਰ ਅਸੀਂ ਸਾਰਾ ਇਸਦਾ ਪਤਾ ਕੀਤਾ, ਫਿਰ ਇਹਦੀ ਬੇਟੀ ਟਰੇਸ ਕੀਤੀ, ਬੇਟੀ ਆਈ, ਪਰ ਉਹ ਕਹਿੰਦੀ ਅਸੀਂ ਇਸਨੂੰ ਨਹੀਂ ਰੱਖ ਸਕਦੇ ਕਿਉਂਕਿ ਉਹ ਕਹਿੰਦੇ ਵੀ ਮੈਂ ਤਾਂ ਆਪ ਗਰੀਬ ਹਾਂ ਅਤੇ ਇਹਦਾ ਘਰ ਵਾਲਾ ਹੈ ਨਹੀਂ। ਸ਼ਾਇਦ ਦੂਜੀ ਵਾਰ ਮੈਰਿਜ ਕਰਾਈ ਸੀ, ਉਹਨੇ ਪਤਾ ਨਹੀਂ ਅੱਗੇ ਵੇਚਤੀ ਸੀ, ਸੈਲ ਕਰਤੀ ਸੀ ਕੁਛ। ਬਟ ਇਹੋ ਜਿਹੀਆਂ ਸਟੋਰੀਆਂ ਨੇ ਜਿਹੜੀਆਂ ਕਿ ਦੱਸਣੇ ਵੀ ਔਖੇ ਨੇ, ਜਿਹਨਾਂ ਨਾਲ ਬੀਤਦੀ ਹੈ ਉਹ ਤਾਂ ਇੱਕ ਅਲੱਗ ਗੱਲ ਆ ਨਾ, ਦੱਸਣਾ ਵੀ ਮੈਨੂੰ ਬਹੁਤ ਮੁਸ਼ਕਿਲ ਹੈ ਇਹਨਾਂ ਬਾਰੇ। ਕੋਈ ਨਹੀਂ ਲੈ ਕੇ ਜਾਂਦਾ, ਕੋਈ ਨਹੀਂ ਪੁੱਛਦਾ, ਕੋਈ ਨਹੀਂ ਲੈ ਕੇ ਜਾਂਦਾ। ਅਤੇ ਬਾਬਾ ਜੀ ਜਦੋਂ ਇੱਦਾਂ ਦੇ ਲੋਕ ਦੇਖਦੇ ਹੋ ਕਿੰਨਾ ਔਖਾ ਹੁੰਦਾ ਨਾ, ਇਹਨਾਂ ਦੀ ਸਟੋਰੀਆਂ ਕਈ ਵਾਰੀ ਆਪ ਤੁਸੀਂ ਭਾਵੁਕ ਹੋ ਜਾਂਦੇ ਹੋ। ਬਿਲਕੁਲ ਸਹੀ ਹੈ ਕਿ ਸੁਣੀਆਂ ਨਹੀਂ ਜਾਂਦੀਆਂ। ਹੁਣ ਦੇਖੋ ਦੋ ਬੇਟੀਆਂ ਬੈਠੀਆਂ ਨੇ, ਆਹ ਦੇਖੋ ਜਵਾਨ ਬੇਟੀਆਂ ਨੇ, ਕਿੱਥੇ ਭੇਜੀ? ਦੱਸਦੀਆਂ ਨੇ, ਦੱਸਦੀਆਂ ਤਾਂ ਆਪਣੇ ਘਰ ਦਾ ਐਡਰੈਸ ਹੀ ਨਹੀਂ ਦੱਸ ਸਕਦੀਆਂ। ਹੋਰ ਵੀ ਇੱਦਾਂ ਦੀਆਂ ਕਹਾਣੀਆਂ ਨੇ ਜੋ ਕਿ ਤੁਸੀਂ ਦੇਖੋਗੇ ਭਾਵੁਕ ਹੋ ਜਾਓਗੇ, ਅਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਿੰਨੀ ਜ਼ਿਆਦਾ ਲੇਡੀਜ਼ ਨੇ, ਸਾਰੀ ਮੈਂਟਲੀ ਅਪਸੈਟ ਨੇ, ਕੋਈ ਘਰ ਵੱਲੋਂ ਜਿਹੜੀਆਂ ਨੇ ਸਤਾਈਆਂ ਹੋਈਆਂ ਨੇ, ਕਈ ਰੋਡ ਦੇ ਕਿਨਾਰੇ ਜਿਹੜੀਆਂ ਨੇ ਲੱਭੀਆਂ ਨੇ। ਬਾਬਾ ਜੀ ਇਹ ਕੌਣ ਹੈ ਜਿਹੜੇ ਇੱਧਰ ਬੈਠੇ ਨੇ? ਤੇਰਾ ਨਾਮ ਕਿਆ ਹੈ? ਕਰਮਜੀਤ। ਇਹਦਾ ਨਾਮ ਕਰਮਜੀਤ ਆ ਜੀ। ਇਸ ਨੂੰ ਲੁਧਿਆਣੇ ਕਿੱਥੇ ਰਹਿੰਦੇ ਹੋ? ਲੁਧਿਆਣੇ ਰਹਿੰਦੇ ਸੀ ਭਾਂਜੀ ਕੋਲ। ਭਾਂਜੀ ਉਹ ਫਿਰ ਰਿਸ਼ਤੇਦਾਰ ਕੋਈ ਛੱਡ ਗਿਆ ਸਾਡੇ ਕੋਲ। ਅੱਛਾ, ਭਾਂਜੀ ਰਿਸ਼ਤੇਦਾਰ ਕੋਲ ਛੱਡ ਗਈ ਹੈ। ਹਾਂ, ਇਹਨਾਂ ਦੀ ਤਾਂ ਏਜ ਵੀ ਕਾਫੀ ਹੈ। ਮੇਰਾ ਸਾਨੂੰ ਇੰਨੇ ਪਤਾ ਕਿ ਇਹਨੂੰ ਕੋਈ ਤਕਰੀਬਨ ਇਸ ਉਮਰ ਦਾ ਹੀ 60 ਸਾਲ ਦਾ 50-60 ਸਾਲ ਦਾ ਇਹਦੇ ਨਾਲ ਕੋਈ ਆਦਮੀ ਸੀਗਾ, ਉਹ ਇਸ ਨੂੰ ਸ਼ਾਮ ਨੂੰ ਛੱਡ ਗਿਆ ਸੀ। ਉਹਨੇ ਇਹ ਕਿਹਾ ਸੀ ਕਿ ਮੈਨੂੰ ਇਹ ਬੱਸ ਸਟੈਂਡ 'ਤੇ ਮਿਲੀ ਆ, ਇਹ ਲਵਾਰਸਾ ਅਤੇ ਬੇਘਰ ਆ। ਫਿਰ ਅਸੀਂ ਹੌਲੀ ਹੌਲੀ ਇਸਨੂੰ ਟਰੇਸ ਕੀਤਾ, ਇਹ ਨਿਕਲੀ ਆ ਕੋਠਾ ਗੁਰੂ ਕਾ, ਜਿਹੜਾ ਹੈਗਾ ਬਠਿੰਡੇ ਡਿਸਟ੍ਰਿਕਟ ਵਿੱਚ ਆ, ਉਹ ਚੁੰਮੜੀ ਦੇ ਕੋਲ ਆ। ਅਤੇ ਉਸ ਤੋਂ ਬਾਅਦ ਫਿਰ ਅਸੀਂ ਸਾਰਾ ਇਸਦਾ ਪਤਾ ਕੀਤਾ, ਫਿਰ ਇਸਦੀ ਬੇਟੀ ਟਰੇਸ ਕੀਤੀ, ਬੇਟੀ ਆਈ, ਪਰ ਉਹ ਕਹਿੰਦੀ ਇਸ ਨੂੰ ਨਹੀਂ ਰੱਖ ਸਕਦੇ ਕਿਉਂਕਿ ਉਹ ਕਹਿੰਦੇ ਵੀ ਮੈਂ ਤਾਂ ਆਪ ਗਰੀਬ ਹਾਂ, ਮੇਰੇ ਕੋਈ ਪ੍ਰਾਪਰਟੀ ਹੈ ਨਹੀਂ, ਮੈਂ ਇਸ ਤਾਂ ਆਪ ਮਤਲਬ ਕਿ ਦਿਹਾੜੀ ਕਰਕੇ ਖਾਂਦੇ ਹਾਂ, ਇਸ ਨੂੰ ਅਸੀਂ ਨਹੀਂ ਰੱਖ ਸਕਦੇ। ਅਤੇ ਇਹਦਾ ਘਰ ਵਾਲਾ ਹੈ ਨਹੀਂ, ਸ਼ਾਇਦ ਦੂਜੀ ਵਾਰ ਮੈਰਿਜ ਕਰਾਈ ਸੀ, ਉਹਨੇ ਪਤਾ ਨਹੀਂ ਅੱਗੇ ਵੇਚਤੀ ਸੀ, ਸੈਲ ਕਰਤੀ ਸੀ ਕੁਛ। ਬਟ ਇਹੋ ਜਿਹੀਆਂ ਸਟੋਰੀਆਂ ਨੇ ਜਿਹੜੀਆਂ ਕਿ ਦੱਸਣੇ ਵੀ ਔਖੇ ਨੇ, ਜਿਹਨਾਂ ਨਾਲ ਬੀਤਦੀ ਹੈ ਉਹ ਤਾਂ ਇੱਕ ਅਲੱਗ ਗੱਲ ਆ ਨਾ, ਦੱਸਣਾ ਵੀ ਮੈਨੂੰ ਬਹੁਤ ਮੁਸ਼ਕਿਲ ਹੈ ਇਹਨਾਂ ਬਾਰੇ। ਕੋਈ ਨਹੀਂ ਲੈ ਕੇ ਜਾਂਦਾ, ਕੋਈ ਨਹੀਂ ਪੁੱਛਦਾ, ਕੋਈ ਨਹੀਂ ਲੈ ਕੇ ਜਾਂਦਾ। ਅੱਛਾ, ਇਹਨਾਂ ਨੂੰ ਥੋੜ੍ਹਾ ਜਿਹਾ ਪੁੱਛ ਲੈਂਦੇ ਹਾਂ, ਤੁਹਾਨੂੰ ਪਤਾ ਆਪ ਕਿੱਥੇ ਕੌਣ ਛੱਡ ਕੇ ਗਿਆ ਸੀ? ਤੁਹਾਡੇ ਦੂਜੇ ਹਸਬੈਂਡ ਨੇ ਤੁਹਾਨੂੰ ਵੇਚਤਾ ਸੀਗਾ, ਤੁਹਾਨੂੰ ਪਤਾ? ਵੇਚਿਆ ਨੀਗਾ, ਤੇ ਉਹ ਮਰ ਗਿਆ ਸੀ ਘਰ ਵਾਲਾ, ਪਹਿਲਾਂ ਮਰ ਗਿਆ ਸੀਗਾ। ਹਾਂ, ਤੇ ਦੂਜਾ ਉਹ ਤਾਂ ਧੁਰ ਲਾਉਂਦੀ ਸੀਗੀ। ਅੱਛਾ, ਉਹਦੀ ਕੁੜੀ ਸੀਗੀ ਸੌਂਕਣ ਦੀ, ਮੇਰੀ ਸੌਂਕਣ ਦੀ ਕੁੜੀ। ਹਾਂ, ਗੇੜੀ ਵਿਆਹੀ ਸੀਗੀ।
ਇੱਦਾਂ ਦੀ ਦੁਨੀਆਂ ਨੂੰ ਦੇਖ ਕੇ ਅਫਸੋਸ ਹੁੰਦਾ ਕਿ ਲੋਕ ਕਿੱਦਾਂ ਦੇ ਨੇ ਅਤੇ ਕਿੱਦਾਂ ਦੇ ਹਾਲਾਤ ਜਿਹੜੇ ਨੇ ਸਾਨੂੰ ਦੇਖਣ ਨੂੰ ਮਿਲਦੇ ਨੇ। ਕਹਿੰਦੇ ਕਿ ਇੱਕ ਆਦਮੀ ਜਿਹੜੇ ਇਹਨਾਂ ਦੀ ਪਹਿਲਾਂ ਮੈਰਿਜ ਹੁੰਦੀ ਹੈ ਉਹ ਤਾਂ ਮਰ ਜਾਂਦਾ, ਜਦੋਂ ਦੁਬਾਰਾ ਮੈਰਿਜ ਹੁੰਦੀ ਹੈ ਉਹ ਇਹਨਾਂ ਨੂੰ ਵੇਚ ਕੇ ਕਿਤੇ ਹੋਰ ਜਿਹੜਾ ਚੱਲ ਜਾਂਦਾ ਆ। ਅਤੇ ਬਾਬਾ ਜੀ ਜਦੋਂ ਇੱਦਾਂ ਦੇ ਲੋਕ ਦੇਖਦੇ ਹੋ ਕਿੰਨਾ ਔਖਾ ਹੁੰਦਾ ਨਾ, ਇਹਨਾਂ ਦੀ ਸਟੋਰੀਆਂ ਕਈ ਵਾਰੀ ਆਪ ਤੁਸੀਂ ਭਾਵੁਕ ਹੋ ਜਾਂਦੇ ਹੋਵੋਗੇ। ਬਿਲਕੁਲ ਸਹੀ ਹੈ, ਕਿਵੇਂ ਸੁਣੀਆਂ ਨਹੀਂ ਜਾਂਦੀਆਂ। ਹੁਣ ਦੇਖੋ ਦੋ ਬੇਟੀਆਂ ਬੈਠੀਆਂ ਨੇ, ਆਹ ਦੇਖੋ ਜਵਾਨ ਬੇਟੀਆਂ ਨੇ, ਬਿਲਕੁਲ ਕਿੱਥੇ ਭੇਜੀਏ? ਸਹੀ ਗੱਲ ਹੈ, ਦੱਸਦੀਆਂ ਨੇ, ਦੱਸਦੀਆਂ ਤਾਂ ਆਪਣੇ ਘਰ ਦਾ ਐਡਰੈਸ ਹੀ ਨਹੀਂ ਦੱਸ ਸਕਦੀਆਂ। ਇਹ ਕਿੱਥੋਂ ਮਿਲੀਆਂ ਸੀਗੀਆਂ? ਇਹਨਾਂ ਨੂੰ ਪੁਲਿਸ ਹੀ ਛੱਡ ਕੇ ਗਏ ਸੀ, ਮੈਨੂੰ ਪਤਾ। ਇੱਕ ਨੂੰ ਤਾਂ ਲੱਤੋਂ ਤੋਂ ਛੱਡ ਕੇ ਗਏ ਸੀ ਠੱਕਰਵਾਲ ਤੋਂ, ਇਹ ਵੀ ਮੈਂਟਲ ਕੇਸ ਨੇ ਸਾਰੇ। ਪੇਸ਼ੈਂਟ ਬੋਲਦੇ ਨਹੀਂ, ਦੱਸਦੇ ਨਹੀਂ ਕੌਣ ਹੈ। ਘਰ ਦੇ ਵੀ ਨਹੀਂ ਇੱਕ ਵਾਰੀ ਪਤਾ ਕਰਦੇ, ਉਹ ਸੋਚਦੇ ਆ ਕਿ ਮੈਂਟਲ ਸੀਗੀ ਕਿਤੇ ਚੱਲ ਗਈ, ਅਸੀਂ ਕਿਉਂ ਲੱਭੀਏ, ਜਾਂ ਫਿਰ ਲੱਭਦੇ ਹੁੰਦੇ ਨੇ ਕਿਤੇ ਨਾ ਕਿਤੇ, ਤਾਂ ਕਦੇ ਨਾ ਕਦੇ ਤਾਂ ਪਹੁੰਚ ਹੀ ਜਾਂਦੇ ਨੇ। ਇਹ ਬੇਟਾ ਜਿਹੜਾ ਇਹ ਸਾਰੇ ਹੈਗੇ ਨਾ, ਤੀ 90% ਬਹੁਤ ਹੀ ਗਰੀਬ ਘਰਾਂ ਦੀਆਂ, ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਲੇਬਰ ਦੀਆਂ ਨੇ, ਲੇਬਰ ਤਬਕੇ ਦੀਆਂ। ਹੁਣ ਜਿਹੜਾ ਲੇਬਰ ਤਬਕਾ ਹੈਗਾ, ਜਿਹਦੇ ਘਰੋਂ ਇੱਕ ਵਾਰ ਮੈਂਟਲ ਪੇਸ਼ੈਂਟ ਨਿਕਲ ਗਿਆ, ਉਹਨੂੰ ਕਿਉਂ ਲੱਭੂਗਾ? ਕਿਉਂਕਿ ਘਰ ਰੱਖੂਗਾ ਕਿੱਥੇ ਲਿਆ ਕੇ? ਉਹ ਦਵਾਈ ਉਹਦੀ ਕਿਵੇਂ ਦਊਗਾ? ਉਹ ਤਾਂ ਪਹਿਲੇ ਦੁਖੀ ਹੁੰਦਾ। ਹੁਣ ਜਿਵੇਂ ਸੁਸ਼ਮਾ ਦਾ ਕੇਸ ਆ, ਸੁਸ਼ੀਲਾ ਦਾ, ਉਹ ਕਹਿੰਦੇ ਵੀ ਨਹੀਂ ਅਸੀਂ ਤਾਂ ਖੁਸ਼ ਹਾਂ ਕਿ ਇੱਥੇ ਆ ਗਈ, ਅਸੀਂ ਨਹੀਂ ਬਿਲਕੁਲ ਲੈ ਕੇ ਜਾਣੀ। ਹੁਣ ਜੇ ਇਹਨਾਂ ਦੇ ਘਰ ਦੇ ਲੱਭ ਵੀ ਲੈਣਗੇ, ਮੈਨੂੰ ਨਹੀਂ ਵੀ ਕੋਈ ਲੈ ਕੇ ਜਾਊਗਾ, ਇਹਨਾਂ ਨੂੰ ਕਿਵੇਂ ਘਰ ਰੱਖਣਗੇ, ਕਿਵੇਂ ਮੈਡੀਸਨ ਰੋਜ਼ ਕਿਵੇਂ ਲੈ ਕੇ ਦੇਣਗੇ? ਬਿਲਕੁਲ, ਕਿਤੇ ਕਿਤੇ ਤੁਹਾਡੇ ਲਈ ਵੀ ਸਾਂਭਣਾ ਇਹਨਾਂ ਨੂੰ ਔਖਾ ਹੋ ਜਾਂਦਾ। ਹਾਂ ਬੇਟਾ, ਹੈ ਤਾਂ ਦੇਖੋ ਜਵਾਨ ਕੁੜੀਆਂ ਨੇ ਕਿੰਨੀਆਂ ਨੇ, ਤੁਸੀਂ ਦੇਖ ਰਹੇ ਹੋ ਇੱਥੇ, ਪਰ ਇਸ ਨੂੰ ਜਾਣ ਵੀ ਕਿੱਥੇ, ਹੋਰ ਜਗ੍ਹਾ ਕਿਹੜੀ ਜਿੱਥੇ ਜਾ ਕੇ ਇਹ ਆਪਣਾ ਨਿਰਵਾਹ ਕਰ ਸਕਣ? ਇੱਥੇ ਘੱਟੋ ਘੱਟ ਦੇਖੋ ਸਿਕਿਉਰਿਟੀ ਆ, 20 ਇੱਥੇ ਸਾਰੇ ਕੈਮਰੇ ਲੱਗੇ ਹੁੰਦੇ ਆ। ਅੱਛਾ ਇੱਕ ਗੱਲ ਮੈਂ ਹੋਰ ਦੇਖੀ ਆ, ਜਿਹਨੂੰ ਵੀ ਦੇਖ ਲਓ ਸਤਿ ਸ਼੍ਰੀ ਅਕਾਲ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਉਂਦੇ, ਇਹ ਆਪ ਤੁਸੀਂ ਸਿਖਾਉਂਦੇ ਹੋ ਇਹਨਾਂ ਨੂੰ? ਬੇਟਾ ਨਹੀਂ, ਮੈਂ ਤਾਂ ਨਹੀਂ ਸਿਖਾਉਂਦਾ, ਬਸ ਇਹ ਕੁਦਰਤੀ ਆ। ਹੁਣ ਇਹ ਕਾਫੀ ਨੇ ਇੰਪਰੂਵ ਕਰ ਚੁੱਕੇ ਨੇ, ਘੱਟੋ ਘੱਟ ਆਪਣੇ ਸੈਂਸ ਵਿੱਚ ਨੇ ਕਾਫੀ ਹੱਦ ਤੱਕ। ਬਾਬਾ ਜੀ ਕੋਈ ਇਦਾਂ ਦੇ ਕੇਸ ਹੋਇਆ ਕਿ ਬਿਲਕੁਲ ਪ੍ਰੋਪਰ ਠੀਕ ਹੋ ਗਿਆ ਹੋਵੇ, ਐਡਰੈਸ ਜਿਹੜਾ ਹੈ ਉਹਨਾਂ ਨੂੰ ਪਤਾ ਲੱਗ ਗਿਆ ਹੋਵੇ ਤੇ ਆਪ ਚਲੇ ਗਏ ਹੋਣ ਉੱਥੇ? ਇੱਕ ਮੈਂ ਤੁਹਾਨੂੰ ਨਾ ਬੜੀ ਸਟੋਰੀ ਦੱਸਦਾ। ਇੱਕ ਸਾਡੇ ਕੋਲ ਪੇਸ਼ੈਂਟ ਸੀਗੀ, ਉਹਦਾ ਨਾਂ ਸੀਗਾ, ਉਹ ਸਾਡੇ ਨਾ ਮਾਰਚ ਵਿੱਚ ਉਹ ਆਪਣੇ ਘਰ ਗਈ ਆ। ਉਹ ਤਕਰੀਬਨ 22 ਸਾਲ ਪਹਿਲਾਂ ਘਰੋਂ ਨਿਕਲੀ ਸੀ। 22 ਸਾਲ ਪਹਿਲਾਂ ਜੀ, ਉਹਦੀ ਛੋਟੀ ਬੇਟੀ ਸੀ ਅਤੇ ਉਹਦੇ 4 ਬੇਟੀਆਂ ਸੀ। ਸਭ ਤੋਂ ਛੋਟੀ ਬੇਟੀ 8 ਮਹੀਨੇ ਦੀ ਸੀ ਜਦੋਂ ਘਰੋਂ ਨਿਕਲੀ ਆ, ਉਹ ਸੀਗੀ ਯੂਪੀ ਦੀ। ਅਤੇ 22 ਸਾਲਾਂ ਬਾਅਦ ਉਹਨੂੰ ਕਿਸੇ ਨੇ ਮਤਲਬ ਆਗਰੇ ਪਾਗਲ ਘਰ ਭੇਜਤਾ। ਉੱਥੋਂ ਪਾਗਲ ਘਰ 'ਚੋਂ ਨਿਕਲ ਕੇ ਕਿਸੇ ਨਾ ਕਿਸ ਤਰੀਕੇ ਨੇ ਇੱਥੇ ਲੁਧਿਆਣੇ ਆ ਗਈ। ਅਤੇ ਜਦੋਂ ਲੁਧਿਆਣਾ ਆ ਗਈ, ਇੱਥੇ 2017 'ਚ ਉਸਨੂੰ ਮੈਂ ਚੱਕ ਕੇ ਲਿਆ ਲੁਧਿਆਣੇ ਤੋਂ ਸੜਕ 'ਤੇ ਪਈ ਨੂੰ। ਇੱਥੇ ਆ ਕੇ ਫਿਰ ਉਹਦਾ ਟ੍ਰੀਟਮੈਂਟ ਚੱਲਿਆ। ਹੁਣ ਪਿਛਲੇ ਸਾਲ ਤਕਰੀਬਨ 2 ਦਸੰਬਰ 2 ਜਨਵਰੀ 'ਚ ਉਹ ਰਿਕਾਲ ਕਰਨ ਲੱਗ ਗਈ ਟ੍ਰੀਟਮੈਂਟ ਨਾਲ। ਫਿਰ ਉਹਨੂੰ ਦੱਸਿਆ ਸਾਨੂੰ ਵੀ ਯੂਪੀ 'ਚ ਆ ਮੇਰਾ ਪਿੰਡ ਆ, ਆਹ ਸਾਨੂੰ। ਫਿਰ ਅਸੀਂ ਨਾ ਕ੍ਰੋਸ ਕੁਐਸਚਨ ਕਰਦੇ ਹਾਂ, ਪਹਿਲਾਂ ਅੱਜ ਪੁੱਛ ਲਿਆ, ਫਿਰ ਕੱਲ੍ਹ ਨੂੰ ਸੇਮ ਕੁਐਸਚਨ ਦੁਬਾਰਾ ਪੁੱਛਦੇ ਹਾਂ। ਜੋ ਪੇਸ਼ੈਂਟ ਕੰਸਿਸਟੈਂਟ ਅਤੇ ਕਲੀਅਰ ਜਵਾਬ ਦਿੰਦਾ, ਫਿਰ ਅਸੀਂ ਉਹਦੀ ਸਰਚ ਸ਼ੁਰੂ ਕਰ ਦਿੰਦੇ ਹਾਂ। ਔਰ ਸਾਨੂੰ ਦੱਸਿਆ ਵੀ ਯੂਪੀ ਦੇ ਵਿੱਚ ਆਹ ਸਾਨੂੰ ਥਾਣਾ ਲੱਗਦਾ, ਆਹ ਮੇਰਾ ਪਿੰਡ ਆ, ਫਿਰ ਥਾਣੇ ਨੂੰ ਕੰਟੈਕਟ ਕਰ ਲਿਆ ਪੁਲਿਸ ਸਟੇਸ਼ਨ ਨੂੰ। ਉਹਨਾਂ ਨੂੰ ਅਸੀਂ ਮੈਸੇਜ ਦਿਆ ਵੀ ਇਹਦੇ ਘਰ ਮੈਸੇਜ ਦਿਓ। ਫਿਰ ਉਹਦੇ ਘਰ ਮੈਸੇਜ, ਤੁਸੀਂ ਹਿਸਾਬ ਲੜ ਕੇ 22 ਸਾਲ ਬਾਅਦ ਹਸਬੈਂਡ ਨੂੰ ਪਤਾ ਲੱਗੇ ਕਿ ਮੇਰੀ ਵਾਈਫ ਜਿਉਂਦੀ ਆ। ਅਤੇ ਹਿਸਾਬ ਲੱਗ ਉਹਦਾ ਘਰ ਦਾ ਕਿੰਨੀ ਖੁਸ਼ੀ ਹੁੰਦੀ ਆ, ਉਹਦੇ ਬੱਚਿਆਂ ਨੂੰ ਕਿੰਨੀ ਖੁਸ਼ੀ ਹੋਈ। ਫਿਰ ਉਹ ਸਾਰੇ ਮਤਲਬ ਇੱਥੇ ਉਸਨੂੰ ਲੈਣ ਆਏ, ਉਹਦਾ ਨਾਂ ਸੀਗਾ, ਮੈਂ ਉਸਨੂੰ ਦੇਖ ਕੇ ਦੱਸਦਾ, ਹੁਣ ਮੈਂ ਓਲਡ ਏਜ ਆ, ਮੈਂ ਭੁੱਲ ਵੀ ਜਾਂਦਾ। ਅਤੇ ਉਹ ਹੈ ਪਰਮੀਲਾ, ਉਹ ਪਰਮੀਲਾ ਸੀਗੀ। ਅਤੇ ਉਹਨੂੰ ਮਾਰਚ ਵਿੱਚ ਫਿਰ ਉਹਦੀਆਂ ਬੱਚੀਆਂ ਹੁਣ ਵਿਆਹੀਆਂ ਗਈਆਂ, 8 ਮਹੀਨੇ ਸੀ ਉਹ ਵੀ ਵਿਆਹੀ ਗਈ, ਉਹਦੇ ਗਾਂਹ ਬੱਚੇ ਨੇ। ਅਤੇ ਉਹ ਫਿਰ ਉਹਦੇ ਉਹਦੀਆਂ ਬੱਚੀਆਂ ਆਈਆਂ, ਉਹਦੇ ਦਮਾਦ ਆਏ, ਉਹਦਾ ਘਰ ਵਾਲਾ ਆਇਆ।
ਉਹ ਇੱਕ ਦੂਜੇ ਨੂੰ ਪਛਾਣ ਨਹੀਂ ਸਕੇ। ਅੱਛਾ। ਨਾ ਪ੍ਰਮੀਲਾ ਆਪਣੇ ਪਰਿਵਾਰ ਨੂੰ ਹਸਬੈਂਡ ਨੂੰ ਪਛਾਣ ਲੱਗੀ ਪਛਾਣ ਸਕੀ, ਨਾ ਹੀ ਉਹਦਾ ਹਸਬੈਂਡ ਆਪਣੀ ਵਾਈਫ ਨੂੰ ਪਛਾਣ ਸਕਿਆ। ਅਤੇ ਉਸ ਤੋਂ ਬਾਅਦ ਫਿਰ ਬਹੁਤ ਜ਼ਿਆਦਾ ਰੋਈ ਭਾਵੁਕ ਹੋਈ, ਪਰ ਉਹ ਲੈ ਗਈ ਉਸ ਨੂੰ। ਅਤੇ ਹੁਣ ਠੀਕ ਹੈ ਨੇ, ਪੁੱਛਦੇ ਹੋ ਪੁੱਛ ਬਾਅਦ ਦੇ ਵਿੱਚ ਜਦੋਂ ਚੱਲ ਜਾਂਦੇ ਨੇ, ਪੁੱਛਦੇ ਹੋ ਫੋਨ ਕਰਕੇ ਵੀ ਕਿੱਥੇ ਆ, ਕਿਤੇ ਨਾ ਹੋਵੇ, ਕਿਤੇ ਨਾ ਕਿਤੇ ਹੁੰਦਾ ਜੇ ਮੈਂਟਲੀ ਬੰਦਾ ਦੁਬਾਰਾ ਅਪਸੈਟ ਹੁੰਦਾ, ਉਹ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਛੱਡ ਦਿੰਦੇ ਹੋਣ। ਨਹੀਂ, ਉਹ ਮੈਨੂੰ ਉਹਦਾ ਫੋਨ ਆਇਆ ਸੀ, ਉਹਦੇ ਬੱਚਿਆਂ ਦੇ ਵੀ ਆਇਆ ਸੀ, ਪ੍ਰਮੀਲਾ ਦੇ ਵੀ ਆਇਆ ਸੀ। ਉਹ ਕਹਿੰਦੇ ਵੀ ਕਹਿੰਦੇ ਮੈਂ ਠੀਕ ਹਾਂ, ਹੁਣ ਮੈਂ ਆਪਣੇ ਬੱਚਿਆਂ ਦੇ ਕੋਲ ਹਾਂ।